ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਅਸੀਂ ਖੜੇ ਹਾਂ ਟਿੱਕਰੀ ਬਾਰਡਰ ਤੇ ਜਿੱਥੇ ਕਿ ਲਗਾਤਾਰ ਸੋਡੇ ਨਾਲ ਜੁੜੇ ਹੋਏਗੇ ਅਤੇ ਪਲ ਪਲ ਦੀ ਖਬਰ ਸੁਣਨੂੰ ਇਸ ਕਿਸਾਨ ਨੇ ਸੰਘਰਸ਼ ਦੀ ਭੇਜ ਰਹੇ ਹਾਂ। ਇਸੇ ਤਰ੍ਹਾਂ ਹੀ ਅਸੀਂ ਹੁਣ ਇਸ ਮੋਰਚੇ 'ਚ ਹੀ ਸੀਗੇ ਜਿੱਥੇ ਕਿ ਇੱਕ ਟੈਂਟ ਲੱਗਿਆ ਹੋਇਆ ਜਿੱਥੇ ਕਿ ਜਿਵੇਂ ਕਿ ਸੁਣਿਆ ਜਾਂਦਾ ਸੀਗਾ ਵੀ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ, ਇਹ ਟੈਂਟ ਥੱਲੇ ਵੀ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਤੁਸੀਂ ਦੇਖ ਰਹੇ ਹੋ ਕਿਵੇਂ ਬਜ਼ੁਰਗਾਂ ਦੇ ਗੋਡਿਆਂ ਦੀ ਮਾਲਿਸ਼ ਕੀਤੀ ਜਾਂਦੀ ਹੈ ਕਿਉਂਕਿ ਇੱਕ ਬਜ਼ੁਰਗ ਹੈ, ਠੰਡ ਦਾ ਮੌਸਮ ਹੈਗਾ, ਕੋਈ ਨਾ ਕੋਈ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਹੈਗੀਆਂ, ਕੋਈ ਦਰਦ ਹੋ ਗਿਆ, ਕੋਈ ਜ਼ੁਕਾਮ ਲੱਗ ਗਿਆ, ਕੋਈ ਬੁਖਾਰ ਹੋ ਗਿਆ ਜਾਂ ਕੋਈ ਪੇਟ ਦੀਆਂ ਪ੍ਰੋਬਲਮਾਂ ਵੀ, ਉਸ ਵਾਸਤੇ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾ ਰਹੀਆਂ। ਤੁਹਾਨੂੰ ਦਿਖਾਉਣੇਗੇ ਅੰਦਰ, ਆਹ ਦੇਖੋ ਵੀ ਜਿਹੜੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਉਹ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ, ਮੈਡੀਸਨ ਤੋਂ ਲੈ ਕੇ ਖਾਣ ਪੀਣ ਦਾ ਸਮਾਨ ਵੀ, ਰਹਿਣ ਦਾ ਵੀ, ਜਿਵੇਂ ਕਿੱਟਾਂ ਹੈਗੀਆਂ ਇਹ ਰਹਿਣ ਵਾਸਤੇ ਦਿੱਤੀਆਂ ਗਈਆਂ ਹੈਗੀਆਂ ਵੀ ਜੇ ਕੋਈ ਜ਼ਿਆਦਾ ਬੰਦੇ ਆ ਜਾਂਦੇ ਹੈਗੇ, ਕੋਈ ਜ਼ਿਆਦਾ ਸੱਜਣ ਆ ਗਏ ਉਹਨਾਂ ਵਾਸਤੇ ਰਹਿਣ ਵਾਸਤੇ ਅਲੱਗ ਵੀ ਟੈਂਟ ਲਾਏ ਜਾਣਗੇ। ਪਰ ਇਹ ਜਿਹੜੀ ਇਹ ਜਗ੍ਹਾ ਹੈਗੀ ਇੱਥੇ ਵੀ ਜੇ ਕੋਈ ਆਉਂਦਾ ਉਹਦੇ ਸੌਣ ਵਾਸਤੇ ਜਗ੍ਹਾ ਬਣਾਈ ਹੋਈ ਹੈਗੀ। ਬਾਕੀ ਆਪਣੇ ਨਾਲ ਵੀਰ ਜੁੜੇ ਹੈਗੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਖਾਲਸਾ ਬਾਈ ਜੀ, ਫਤਿਹ ਜੀ। ਕੀ ਨਾਮ ਹੈ ਜੀ? ਮੇਰਾ ਮਨਦੀਪ ਸਿੰਘ ਖਾਲਸਾ ਜੀ। ਕੀ ਕਹਿਣਾ ਹੈਗਾ ਜਿਵੇਂ ਆਪਾਂ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਦੇ ਰਹੇ ਹੈਗੇ, ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਕਹੂੰ ਜੀ, ਫਸਟ ਐਕਸਪੀਰੀਅੰਸ ਆ। ਪਹਿਲਾਂ ਕਦੇ ਕੈਂਪ ਨਹੀਂ ਸੀ ਲਾਇਆ, ਕੁਛ ਨਹੀਂ ਸੀ ਲਾਇਆ। ਆਉਣ ਦਾ ਸਬੱਬ ਸੀਗਾ ਵੀ ਟਿੱਕਰੀ ਜਾਣਾ ਜਾਂ ਸਿੰਘੂ ਜਾਣਾ, ਕਿਸਾਨ ਮੋਰਚੇ ਸ਼ਮੂਲੀਅਤ ਕਰਨੀ। ਫਿਰ ਆਈਡੀਆ ਆਇਆ ਕਿਉਂ ਨਾ ਕੁਛ ਮੈਡੀਸਨ ਲਈ ਜਾਵੇ, ਕਿਹਦੀ ਜ਼ਰੂਰਤ ਆ। ਮੈਡੀਸਨ ਸ਼ੁਰੂ ਕੀਤੀ, ਮੈਡੀਸਨ ਦੇ ਨਾਲ ਨਾਲ ਫਿਰ ਪਤਾ ਨਹੀਂ ਇਹ ਪਰਿਵਾਰ ਵੱਧਦਾ ਗਿਆ। ਰੋਜ਼ਮਰ੍ਹਾ ਦੀਆਂ ਚੀਜ਼ਾਂ ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਵੀ ਸੰਗਤ ਨੂੰ ਆਹ ਚੀਜ਼ ਦੀ ਲੋੜ ਆ, ਉਹ ਚੀਜ਼ਾਂ ਫਿਰ ਅਸੀਂ ਲਿਆਉਂਦੇ ਗਏ, ਹੌਲੀ ਹੌਲੀ ਵੱਧਦਾ ਗਿਆ। ਫਿਰ ਸਾਡੇ ਕੋਲ ਪੈਣ ਦਾ ਸੀਗਾ, ਅਸੀਂ ਕਿਹਾ ਵੀ ਕਿਸੇ ਨੇ ਵੀ ਆਉਣਾ ਇਹ ਜਿਵੇਂ ਗੱਦੇ ਆ ਜਾਂ ਕੁਛ, ਅਸੀਂ ਚੀਜ਼ ਖਾਲਸਾ ਏਡ ਤੋਂ ਮੁਹੱਈਆ ਕਰਾ ਲਈ, ਕੁਛ ਆਪ ਕਰਵਾ ਲਈ ਰਲ ਮਿਲ ਕੇ। ਫਿਰ ਗੱਦੇ ਲਿਆਉਂਦੇ, ਫਿਰ ਅਸੀਂ ਲੇਡੀਜ਼ ਦੇ ਲਈ, ਇਹ ਬਹੁਤ ਇੱਥੇ ਮੱਛਰ ਸੀਗਾ ਜੋ ਗੰਦਮੰਦ ਸੀ, ਸਾਫ਼ ਕੀਤਾ। ਫਿਰ ਬੀਬੀਆਂ ਦੇ ਲਈ ਸੈਪਰੇਟ ਇਹ ਬਣਾ ਲਿਆ, ਪਿੱਛੇ ਵੀ ਜਗ੍ਹਾ ਆਪਾਂ ਤੰਬੂ ਲਾਏ ਆ। ਸੋ ਇੱਦਾਂ ਕਾਫਲਾ ਵੱਧਦਾ ਗਿਆ ਜੀ। ਇਹ ਜਿਵੇਂ ਇਹਨਾਂ ਪੈਸਾ ਲੱਗ ਰਿਹਾ ਜੀ, ਹੁਣ ਤੁਹਾਡੇ ਕੋਲ ਵੀ ਲੱਖਾਂ ਰੁਪਇਆ ਦਾ ਸਮਾਨ ਆ ਗਿਆ ਹੋਊਗਾ, ਇਹ ਆ ਕਿੱਥੋਂ ਰਿਹਾਗਾ? ਇਹ ਕੁਛ ਤਾਂ ਜਿਹੜਾ ਪਹਿਲਾਂ ਅਸੀਂ ਫਰੈਂਡ ਸਰਕਲ ਨੇ ਸ਼ੁਰੂ ਕੀਤਾ ਸੀਗਾ, ਕੈਨੇਡਾ ਤੋਂ ਸਾਡੇ ਦੋਸਤ ਆ ਗੁਰਦਿੱਤ ਢਿੱਲੋਂ ਆ, ਗੁਰਜੋਤ ਆ, ਉਹਨਾਂ ਦਾ ਫਰੈਂਡ ਸਰਕਲ ਸ਼ੁਰੂ ਤਾਂ ਅਸੀਂ ਉੱਦਾਂ ਕੀਤਾ ਸੀ ਮੈਡੀਸਨ ਦਾ ਜਾਂ ਕੁਛ ਦਾ। ਉਦੋਂ ਬਾਅਦ ਕੁਛ ਕੁ ਸਾਨੂੰ ਅਸੀਂ ਮਾਈਕ ਸਹਾਇਤਾ ਤੋਂ ਥੋੜ੍ਹਾ ਜਿਹਾ, ਕਿਉਂਕਿ ਅੱਜ ਕੱਲ੍ਹ ਜੋ ਪਿੱਛੇ ਪੰਜਾਬ 'ਚ ਹੋਇਆ ਉਹ ਡਰ ਲੱਗਦਾ, ਧੱਬਾ ਲੱਗਣ ਲੱਗਿਆ ਵੀ ਮਿੰਟ ਲੱਗ ਜਾਂਦਾ, ਉਸ ਚੀਜ਼ ਤੋਂ ਡਰਦੇ ਹਾਂ। ਫਿਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਤੁਸੀਂ ਸਮਾਨ ਲਿਆ ਦਿਓ ਜੋ ਰੋਜ਼ਮਰ੍ਹਾ ਦੀ ਚੀਜ਼ ਆ। ਕੱਲ੍ਹ ਕੋਟਕਪੂਰੇ ਤੋਂ ਸੱਜਣ ਆਏ, ਉਹ ਜਰਾਬ ਦੇ ਗਏ 5000, ਪਰ ਉਹ ਫਿਰ ਵੀ ਧੱਕੇ ਨਾਲ ਉਹਨਾਂ ਕਹਿੰਦੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ? ਮੈਂ ਕਿਹਾ ਜੀ ਬਰੱਸ਼ ਘੱਟਦੇ ਆ, ਕਹਿੰਦੇ ਮੇਰਾ ਟਾਈਮ ਨਹੀਂ, ਤੁਸੀਂ 5000 ਰੁਪਈਆ ਲੈ ਲਓ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਰਾਹੀਂ ਭੇਜ ਸਕਦੇ ਹੋ। ਸੋ ਇਸ ਤਰ੍ਹਾਂ ਮਾਈਕ ਸਹਾਇਤਾ ਵੀ ਆਈ ਜਾਂਦੀ ਆ, ਇਹ ਤਾਂ ਸਾਡੇ ਖੂਨ 'ਚ ਆ, ਪਰਮਾਤਮਾ ਵੱਲੋਂ ਆਈ ਜਾਂਦਾ, ਉਵੇਂ ਉਵੇਂ ਵਰਤਾਈ ਜਾਂਦੇ ਆ। ਕਿਸ ਤਰ੍ਹਾਂ ਦੀਆਂ ਇੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੁਹਾਡੇ ਕੋਲ ਜਿਹੜੀਆਂ ਹੈਗੀਆਂ? ਸਾਡੇ ਕੋਲ ਮੈਡੀਸਨ ਦੀ ਹੈ ਜਿਹੜੀ ਫਸਟ ਏਡ ਕਿੱਟ ਆ ਜੀ, ਮੁੱਢਲੀ ਸਾਰੀ ਸਹੂਲਤ ਦਿੱਤੀ ਜਾਂਦੀ ਆ। ਰਹਿਣ ਵਾਸਤੇ ਸਾਡੇ ਕੋਲ ਇੱਦਾਂ ਦੇ 12 ਕੈਂਪ ਆ, 12 ਕੈਂਪ ਆ, ਕਿਉਂਕਿ ਇੱਥੇ ਮੱਛਰ ਦੀ ਜ਼ਿਆਦਾ ਪ੍ਰੋਬਲਮ ਆ, ਠੰਡ ਵੀ ਕਾਫੀ ਆ। ਸੋ ਇਸ ਕਰਕੇ ਤਰਪਾਲਾਂ ਹੈਗੀਆਂ, ਫਿਰ ਇਹਨੂੰ ਕਵਰ ਕਰ ਦੇਈਦਾ। ਸੋ ਇਸ ਕਰਕੇ ਕੰਬਲ ਸਾਡੇ ਕੋਲ ਇੱਧਰ, ਮਗਰ ਮੈਂ ਤੁਸੀਂ ਦਿਖਾਊਂਗਾ, ਤੁਸੀਂ ਜ਼ਰੂਰ ਦੇਖਿਓ ਬੀਬੀਆਂ ਲਈ ਇੱਥੇ ਸਾਡੇ ਕੋਲ ਕੰਬਲ ਪਏ ਆ। ਇਹ ਤੁਸੀਂ ਦੇਖ ਰਹੇ ਹੋ ਇਹ ਬੀਬੀਆਂ ਵਾਸਤੇ ਆ, ਜੇ ਕੋਈ ਭੈਣ ਆਉਂਦੀ ਹੈ, ਬੀਬੀ ਆਉਂਦੀ ਹੈਗੀ, ਉਹਨਾਂ ਦੇ ਪੈਣ ਵਾਸਤੇ ਅਲੱਗ ਇਹ ਪੋਰਸ਼ਨ ਬਣਾਇਆ ਗਿਆ ਤਾਂ ਜੋ ਉਹ ਅਲੱਗ ਹੀ ਰਹਿ ਸਕਣ। ਪਰਦਾ ਬਣਾ ਕੇ ਅਸੀਂ ਰੱਖਿਆ ਬੀਬੀਆਂ ਵਾਸਤੇ, ਚਲੋ ਉਹਨਾਂ ਨੇ ਬਹਿਣਾ ਕਰਨਾ ਮਾਂ ਇਹ ਉਹਨਾਂ ਵਾਸਤੇ ਬਣਾਇਆ। ਅਤੇ ਬੜੀ ਗੰਦਗੀ ਸੀ ਜਿੱਦਣ ਅਸੀਂ ਸਾਫ਼ ਕੀਤਾ, ਮੱਛਰ ਦਾ ਬੜਾ ਭਰਮਾਰ ਸੀਗੀ, ਤਾਂ ਫਿਰ ਇਹਨੂੰ ਸਾਫ਼ ਕੀਤਾ। ਹੁਣ ਇਹਦੇ ਫਿਰ ਜਦੋਂ ਬਜ਼ੁਰਗ ਆਉਂਦੇ ਆ, ਮਾਲਿਸ਼ ਵਗੈਰਾ ਕਰਨੀ ਆ, ਤਾਂ ਉਹਨਾਂ ਨੂੰ ਇੱਥੇ ਬਿਠਾ ਕੇ ਜਾਂ ਲੰਮੇ ਪਾ ਕੇ ਫਿਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ। ਜਿਵੇਂ ਤੁਸੀਂ ਇਹ ਮੈਡੀਕਲ ਦੀ ਸਹੂਲਤ ਦੇ ਰਹੇ ਹੋ, ਕਿ ਤੁਹਾਡੇ ਕੋਲ ਕੋਈ ਡਾਕਟਰ ਵੀ ਹੈ ਕਿ ਆਪ ਦੀ ਆਪ ਇਹ ਕਰ ਰਹੇ ਹੋ? ਨਹੀਂ, ਸਾਡੇ ਕੋਲ ਹੈਗੇ ਡਾਕਟਰ ਹੈਗੇ, ਜਿਵੇਂ ਉਹ ਬੈਠੇ ਨੇ ਸਾਡੇ ਕੋਲ, RMB ਵੀ ਡਾਕਟਰ ਹੈਗੇ ਨੇ ਸਾਡੇ ਕੋਲ, ਕੋਈ ਸਟੂਡੈਂਟ ਵੀ ਹੈਗੇ ਨੇ ਜਿਹੜੇ ਪ੍ਰੈਕਟਿਸ ਕਰਦੇ ਨੇ, ਉਹ ਨਾਲ ਨਾਲ ਇੱਥੇ ਆ ਕੇ ਫਿਰ ਆਪਦਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ। ਤੁਹਾਨੂੰ ਦਿਖਾਉਣੇਗੇ ਹੋਰ ਵੀ, ਇੱਧਰ ਦੇਖੋ ਬਜ਼ੁਰਗਾਂ ਦੇ ਮਾਲਸ ਹੋ ਰਹੀ ਹੈਗੀ, ਇਹ ਆਪਣੇ ਮਾਂ ਬਾਪ ਮੰਗ ਸਾਰੇ ਟ੍ਰੀਟਮੈਂਟ ਕਰ ਰਹੇ ਹੈਗੇ, ਮਾਲਸਾ ਕਰ ਰਿਹਾ ਜਿਵੇਂ ਕਿ ਆਪਾਂ ਘਰ ਆਪਣੇ ਬਜ਼ੁਰਗਾਂ ਦੀ ਕਰਦੇ ਹਾਂ। ਇਹਨਾਂ 'ਚ ਕੋਈ ਫਰਕ ਨਹੀਂ ਰੱਖਿਆ ਜਾ ਸਕਦਾ, ਬਿਲਕੁਲ ਆਪਣੇ ਮਾਂ ਬਾਪ ਦੀ ਤਰ੍ਹਾਂ ਸੇਵਾ ਕਰ ਰਹੇ ਹਨ, ਅਤੇ ਆਪਾਂ ਬਜ਼ੁਰਗਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਜਿਹੜੇ ਇਹ ਆਪਣੇ ਮਾਲਸ ਕਰ ਰਹੇ ਹੈਗੇ? ਹਾਂਜੀ ਹਾਂਜੀ,
असी तो थोड़े कहें तो पहला ही आशीर्वाद बड़ा दे जाने ये आते अं गुरु की नगरी चो आए गुरु दसवें पातशाह का इन्होंने सिर ते हाथ आ परमात्मा ने इन्हों बहुत चंगी लिवते लाया तो जोड़ा ये पब्लिक की सेवा कर रहे हैं किसान पति। हाँ जी किस तरह का महसूस हो रहा है भी अपने धी पुत वर्गे लग रहे मैं ना जी सानू बहुत ही चंगे लग रहे अं आने भी परमात्मा इन्हों की लंबी उम्र करे तो प्र इन्हों दिन दुगुनी रात चौगुनी तरक्की बख्शे परमात्मा इन्हों कई बार घर धी पुत भी कह देता होगा खड़ जा दो मिनट ठहर के कर देंगा हाँ नहीं पुछते ठीक है गल थोड़ी ये पर यह वेखो आवाज मार के साड़ी सेवा करते आयो जो कोई दुख तकलीफ आ तो आयो बापू जी आके बैठो गोडे का दर्द हों हूँ इन्होंने आवे को पहला मार्च की हूँ पट्टी करी जाते सानू आपदे बच्चों ना वो सुकून इतने आके मिलया जी हूँ तुम इतने पहुंचे कोई दुख तकलीफ किसी किस्म की ना कोई दुख तकलीफ नहीं जी बड़ी महाराज की कृपा तो हूँ तो मोदी को अकल आ जाए तो चंगी गल आ इनू रब समत बख्शे तो जो साड़िया मंगा किसानों दियाँ वह ये मन लवे तो चंगी गल आ हूँ मन लेना चाहिए इदू मक्यों परे गां आजाड़ ही आ हूँ तो फिर आप मंगा मना के जावे हाँ हक बनता जी वह भी मनन का हक बनता तो अं जिन्हें चर मंगा नहीं मनता उन्हें चर सा मोर्चा पक्का ही आ सू भावें इतने शहीद होना पवे भावें अं दो महीने बहीए भावें अं चार महीने बहीए साढ़े डेरे पक्के लाए आ जिला साडा फिरोजपुर आ पिंड साडा सुरसिंगवाला ये तुम सुनी चुके होंगे बजुर्गों तो जेडे कि दस रहे है कई बार धी पुत भी कह देता गा बापू जी दो मिनट खड़ जाओ मैं फिर आना पर यह आवाज़ा मार मार के इन्हों की सेवा कर रहा है इधर भी तुम देख रहे हो किमें जराबा वंडिया जा रही है इधर खाण पीन का समान भी मेडिकल का सारा टोटल सहूलत इतने मुहैया कराई जा रही हैं तुम देख रहे हो किस तरह काजू बदम भी ये वंडे जा रहे हैं गे इसते यहोजा गुरु का लंगर है भी किसी चीज़ की टोट नहीं साढ़े ना होर भी नौजवान जुड़े उन्होंने भी गल करें सत श्रीकाल भाई सत श्रीकाल जी वाहेगुरू जी का खालसा वाहेगुरू जी की फतेह जी की नाम है जी कितों रहने नवजोत चहल है जी गंगानगर राजस्थान तो वैसे पंजाब यूनीवर्सिटी चंडीगढ़ तो आए हैं जी असं सारे तुम तो चंडीगढ़ यूनीवर्सिटी जो आए हैं तो इतने तो मोदी वर्गे तो होर कुछ कह रहे थे भी तो अनपढ़ किसान है जो इतने बैठे है उन्होंने एक्चुअल अकल ही है नहीं जी उन्होंने बोलने का पता ही नहीं है भी एक किसान है कि स्टूडेंट है किमें एक्चुअल किसान एक पढ़े लिखे ही होंगे है जो किसान जमदा ना किसान का पुत उद पढ़िया लिखा ही जमदा जी वो कदे अनपढ़ नहीं हो सकता किसान आप सारे देश की अपनी कंट्री के आप ढिड भरते हैं एक पढ़िया लिखा बंदा ही भर सकता होर नहीं कोई भर सकता जिवें आप फसलां बीजदे आ कोई खोज करके बीजदे आ तो पहले ही पढ़िया लिखा पे पहला ही पढ़िया लिखा जी हुण इन्हां नूं दूजे पढ़े लिखे दूजे हरेक थान करप्शन चलती है एक अपना जिमीदार भरा एक किसान भरा हो जाए जिते कदे करप्शन नहीं चल सकती तो वो किवें अनपढ़ हो सकता जो करप्शन नहीं चलती आप करप्शन नहीं करता दूजे हरेक करता वो अनपढ़ एक्चुअल दे विच आप एक पढ़े लिखे बंदे हैं हूँ तुम इन्नी सेवा कर रहे हो इन्ना तुहाडे कोल समान आ रहा है ये कित्थों आ रहा है ये सब तो पहला तो वाहिगुरु जी की कृपा है जी ये सानू आप नहीं पता ये कित्थों आ रहा है भी किवें आ रहा जिवें जिवें कोई समान आई जाता सब तो पहला इतने आता जी हम जिवें जराबा आईया सी कल रात 6000 पीस एक सज्जन भरा दे के गए वाहिगुरु जी ने उन्होंने भेजा सीगा ते अप नाल दी नाल वंडे वंडे गई जी हरेक इन्नी ठंड है जी जिवें अज सवेरे एक किसी नूं पैरालाइज का अटैक आ गया उन्होंने दवाई दी तो उन्होंने इतने रोहतक पी जी आई के रैफर करता इतने तक वह सही तो रहेंगे नहीं तो पैरालाइज का अटैक किड्डा वड्डा हुंदा है भी इन्हां नूं किसान सरकार नूं गवर्नमेंट नूं हजे तक भी अकल नहीं आई भी इन्नी ठंड के किसान बैठे है मंगा सही होनगियां ताइयों बैठे इन्ने हड़ हड़ आया पिया इन्ने किसानों का जिवें तुहाडे कोल इन्ना समान आ रहा है ये जिहड़ी फंडिंग है लोग कहते हैं कि किसी तो मांग के लाए होंगे किसी से पर्चियां कट्टियां पर आता कितों है किस तरह आता ये बई जी बाबा जी भेजते हैं जी इस फंडिंग का आप नूं नहीं पता किसी की कोई परची नहीं तो एक रुपये की परची नहीं कट्टी जाती किसी की भी फंडिंग जिवें कोई संगत कोई आता देखता भी इतने आह चीज़ की लोड़ लगती है भी जिवें पहले दिन अभी चालू किया जी दवाइया तो जी दवाइया तो पता लग्या भी हौली हौली बंदा कहता भी आह भी करो हुण अज इत्थे बदामा दे लंगर चलाए गए है कल भी चले सके हूँ तो करके फंडिंग का सानू आप नहीं पता जी कितों आ रही है कितों नहीं अपने आप गुरु गुरु साहब कृपा करते हैं जी ताइयों आप सेवा दे विच हाजिर हैं गुरु साहब ने अपने आप सारा संभाली जाती है जी ये तुसी देख चुके होंगे ये सन नौजवान जेड़े कि इत्थे अपने तन मन नाल सेवा कर रहे हैं तो इन्हों का कहना गा कि इत्थे जिहड़ी सेवा हो रही हैगी ये परमात्मा वालों सेवा हो रही हैगी गुरु नानक देव का ही लंगर वरत रहा हर एक चीज़ का लंगर वरत रहा है नायब सिंह सिद्धू दिल्ली तो अजीत टीवी ले देश दुनिया दीयां ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना
इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।